ਐਸ ਸਾਕੀ ਦੀ ਕਹਾਣੀ ਬੇਗਮ ਦਾ ਬਾਕੀ ਦਾ ਭਾਗ ਘਰ ਅੱਗੇ ਪਹੁੰਚ ਕੁਛ ਚਿਰ ਲਈ ਖਾਲਿਦ ਚੁੱਪ ਖੜੋਤਾ ਰਿਹਾ ਫਿਰ ਉਹਨੇ ਹਫੀਜ਼ ਮੀਆਂ ਕਾ ਆਵਾਜ਼ ਲਗਾਈ ਕੁਛ ਚਿਰ ਬਾਅਦ ਟਾਟ ਦਾ ਪਰਦਾ ਹਟਿਆ ਉਸ ਘਰ ਜਿਹਾ ਹੀ ਕੋਈ 60 ਦੇ ਗੇੜ ਦਾ ਟੁੱਟਿਆ ਭੱਜਿਆ ਬੰਦਾ ਬਾਹਰ ਨਿਕਲਿਆ ਖਾਲਿਦ ਨੇ ਉਹਨੂੰ ਵੇਖ ਅਸਲਾਮ ਅਲੈਕਮ ਆਖਿਆ ਉਹਦੇ ਜਵਾਬ 'ਚ ਉਸ ਸ਼ਖਸ ਨੇ ਵੀ ਵਾਲੇਕਮ ਸਲਾਮ ਕਿਹਾ ਪਰ ਇਹ ਕਹਿੰਦੇ ਆ ਉਹਨੇ ਖਾਲਿਦ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਅੱਖਾਂ ਰਾਈ ਪੁੱਛ ਰਿਆ ਹੋਵੇ ਕੌਣ ਹੈ ਤੂੰ ਖਾਲਿਦ ਨੇ ਆਪਣੀ ਜਾਣ ਪਛਾਣ ਕਰਾਈ ਆਪਣੇ ਆਉਣ ਦਾ ਮਕਸਦ ਵੀ ਦੱਸਿਆ ਹਾਫਿਜ਼ मियां ਇਹ ਸੁਣ ਕੇ ਟਾਟ ਦਾ ਪਰਦਾ ਝੁੱਕ ਫੇਰ ਅੰਦਰ ਚਲਾ ਗਿਆ ਉਹ ਛੋਟੀ ਜੀ ਮੰਜੀ ਬਾਹਰ ਲਾਇਆ ਜਿਹਦੀ ਦੌਣ ਢਿੱਲੀ ਸੀ ਇੱਕ ਪਾਵੇ ਨੇ ਇੰਜ ਟੰਗ ਫੁਰ ਚੁੱਕੀ ਹੋਈ ਸੀ ਜਿਵੇਂ ਕੋਈ ਛੋਟੀ ਟੰਗ ਵਾਲਾ ਲੰਗੜਾ ਸ਼ਖਸ ਹੋਵੇ ਖਾਲਿਦ ਨੇ ਨੂਰੀ ਦੀ ਗੱਲ ਟੋਰੀ ਭਾਈ ਜਾਨ ਰਿਸ਼ਤੇ ਤਾਂ ਸਾਡੇ ਰੁਸਤਮ ਲਈ ਬਹੁਤ ਆਂਦੇ ਨੇ ਇੱਕੋ ਹੀ ਕੋਲਾਦ ਹੈ ਸਾਡੀ ਮੇਰੇ ਮਰਨ ਤੋਂ ਬਾਅਦ ਸਭ ਕਾਸੇ ਦਾ ਉਹੀ ਮਾਲਿਕ ਹੋਏਗਾ ਹਾਫੀਜ਼ মিয়া ਅਜੇ ਮੁੰਡੇ ਬਾਰੇ ਅੱਗੇ ਦੱਸ ਹੀ ਰਿਹਾ ਸੀ ਕਿ ਖਾਲਿਦ ਦੀ ਨਜ਼ਰ ਇੱਕ ਵਾਰੀ ਫੇਰ ਉਹਦੇ ਖੰਡਰ ਨੂੰ ਮੰਗ ਕਰ ਤੇ ਚਲੀ ਗਈ ਜ ਜਿਹਦੀ ਮਲਕੀਅਤ ਉਸ ਸਾਹਮਣੇ ਬੈਠੇ ਟੁੱਟੇ ਭੱਜੇ ਘਰ ਜੇ ਬੰਦੇ ਦੇ ਪੁੱਤ ਦੇ ਹਿੱਸੇ ਆਉਂਦੀ ਸੀ ਉਹ ਸ਼ਖਸ ਬੋਲਦਾ ਗਿਆ ਤੇ ਖਾਲਿਦ ਸੁਣਦਾ ਰਿਹਾ ਅਖੀਰ ਉਸ ਬੰਦੇ ਨੇ 50000 ਦੀ ਮੰਗ ਖਾਲਿਦ ਮੋਰੇ ਕਰ ਦਿੱਤੀ 50000 ਆਖੋ ਸ਼ਖਸ ਖਾਲਿਦ ਦੇ ਚਿਹਰੇ ਵੱਲ ਵੇਖਣ ਲੱਗਾ ਕਿਵਲੇ ਜਾਣਨ ਲਈ ਕਿ ਉਹਦੀ ਗੱਲ ਦਾ ਕਿੰਨਾ ਤੇ ਕਿਹਾ ਅਸਰ ਹੋਇਆ ਚੁੱਪ ਬੈਠਾ ਖਾਲਿਦ ਮਨੋਂ ਮਨ ਹਿਸਾਬ ਲਾਉਣ ਲੱਗਾ ਕਿ ਕੀ ਨਵਾਂ ਕាលੀਨ ਬੁਣ ਕੇ ਉਹ 50000 ਕਮਾ ਲਏਗਾ ਗੱਲ ਟੁੱਟ ਲੰਗੜੀ ਹੋ 30000 ਤੇ ਆ ਕੇ ਖੜੋ ਗਈ ਦੇਖੋ ਭਾਈ ਜਾਨ ਇੱਕ ਗੱਲ ਹੁਣੇ ਸਾਫ਼ ਕਰ ਦਿੰਨਾ ਬਰਾਤ ਤੁਹਾਡੇ ਘਰ ਪਹੁੰਚਦੀਆਂ 30000 ਨਕਦ ਨਿਕਾਹ ਤੋਂ ਪਹਿਲਾਂ ਦੇਣੇ ਪੈਣਗੇ ਦੂਜੇ ਇਹ ਵਿਆਹ 10 ਮਹੀਨੇ ਬਾਅਦ ਹੋਏਗਾ ਬਕਰੀਦ ਮੁਬਾਰਕ ਤੋਂ 1 ਮਹੀਨੇ ਬਾਅਦ ਅਸੀਂ ਹੁਣ ਤਰੀਕ ਪੱਕੀ ਕਰ ਲੈਨੇ ਆ ਮੈਂ ਇਸ ਤੋਂ ਨਾ ਤਾਂ ਇੱਕ ਦਿਨ ਵੱਧ ਦੇਵਾਂਗਾ ਨਾ ਹੀ ਘੱਟ ਕਰਾਂਗਾ ਜੇ ਇੰਤਜ਼ਾਮ ਕਰਕੇ ਰਕਮ ਚੁਕਾ ਦਿੱਤੀ ਤਾਂ ਨਿਕਾਹ ਪੱਕਾ ਨਹੀਂ ਤੁਸੀਂ ਆਪਣੀ ਥਾਂ ਤੇ ਅਸੀਂ ਆਪਣੀ ਥਾਂ ਫਿਰ ਮੇਰੀ ਮਰਜ਼ੀ ਹੋਏਗੀ ਮੈਂ ਕਿਵੇਂ ਵੀ ਕਰਾਂ ਖਾਲਿਦ ਨੂੰ 10 ਮਹੀਨੇ ਥੋੜੇ ਲੱਗੇ ਪਰ ਤਾਂ ਵੀ ਉਹਨੂੰ ਆਪਣੇ ਆਪ ਤੇ ਭਰੋਸਾ ਸੀ ਕਿ 30000 ਉਹ 10 ਮਹੀਨਿਆਂ ਚ ਕਲੀਨ ਪੂਰਾ ਕਰਕੇ ਜ਼ਰੂਰ ਕਮਾ ਲਏਗਾ ਅਜੇ ਉਹਨਾਂ ਦੀਆਂ ਗੱਲਾਂ ਚੱਲ ਹੀ ਰਹੀਆਂ ਸੀ ਕਿ ਖਾਲਿਦ ਦਾ ਹੋਣ ਵਾਲਾ ਦਾਮਾਦ ਵੀ ਕਿਤੇ ਬਾਹਰੋਂ ਆ ਗਿਆ ਜਦੋਂ ਹਫੀਜ਼ মিয়া ਨੇ ਆਪਣੇ ਪੁੱਤਰ ਰੁਸਤਮ ਦੀ ਜਾਣ ਪਛਾਣ ਖਾਲਿਦ ਨਾਲ ਕਰਵਾਈ ਤਾਂ ਉਹਨੇ ਉਸੇ ਤਰ੍ਹਾਂ ਖੜਿਆ ਖਾਲਿਦ ਨੂੰ ਸਲਾਮ ਕੀਤਾ ਮੁੰਡੇ ਦੇ ਆਉਣ ਤੋਂ ਪਹਿਲਾਂ ਖਾਲਿਦ ਨੇ ਉਹਦੇ ਪਿਓ ਨੂੰ ਵੇਖ ਅੰਦਾਜ਼ਾ ਲਾ ਲਿਆ ਸੀ ਕਿ ਉਹਦਾ ਪੁੱਤ ਕਿ ਹੋ ਜਾਏਗਾ ਫਿਰ ਉਹ ਸੱਚਮੁੱਚ ਹੀ ਉਸੇ ਤਰ੍ਹਾਂ ਦਾ ਹੀ ਸੀ ਜਿਹੋ ਜਿਹਾ ਖਾਲਿਦ ਨੇ ਸੋਚਿਆ ਸੀ ਭਾਵੇਂ ਮੁੰਡੇ ਨੂੰ ਵੇਖ ਬਹੁਤਾ ਖੁਸ਼ ਨਹੀਂ ਸੀ ਖਾਲਿਦ ਪਰ ਤਾਂ ਵੀ ਉਹਨੇ ਉਹਦੇ ਹੱਥ 'ਚ 20 ਰੁਪਏ ਫੜਾਏ ਗੱਲ ਪੱਕੀ ਕਰਕੇ ਆਪਣੇ ਘਰ ਵੱਲ ਟੁਰ ਪਿਆ ਸੂਰਜ ਨੀਵਾ ਹੁੰਦਾ ਜਾ ਰਿਹਾ ਸੀ ਖਾਲਿਦ ਦੇ ਪੈਰਾਂ 'ਚ ਇਸ ਵੇਲੇ ਕਾਲ ਸੀ ਉਹ ਖੁਸ਼ੀ ਭਰੀ ਖਬਰ ਛੇਤੀ ਤੋਂ ਛੇਤੀ ਰੇਸ਼ਮਾ ਨੂੰ ਜੋ ਸੁਣਾ ਦੇਣਾ ਚਾਹੁੰਦਾ ਸੀ ਜਿਹੜੀ ਵਰਿਆਂ ਤੋਂ ਕੁੜੀ ਦੇ ਫਿਕਰਾਂ 'ਚ ਡੁੱਬੀ ਹੋਈ ਸੀ ਤਦੋਂ ਘਰ ਪਹੁੰਚਿਆ ਹਨੇਰਾ ਹੋ ਚੱਲਿਆ ਸੀ ਘਰ ਦੇ ਤਿੰਨੋਂ ਜੀ ਖਾਲਿਦ ਦੀ ਉਡੀਕ ਕਰ ਰਹੇ ਸਨ ਤਦੋਂ ਉਹਨੇ ਜਾਂਦਿਆਂ ਸਾਰ ਆਪਣੀ ਬੇਗਮ ਰੇਸ਼ਮਾ ਨੂੰ ਇਹ ਖੁਸ਼ੀ ਭਰੀ ਗੱਲ ਸੁਣਾਈ ਉਹਨੇ ਉੱਠ ਕੇ ਨੂਰੀ ਦਾ ਮੱਥਾ ਚੁੰਮ ਲਿਆ। ਉਹ ਸਾਰੀ ਰਾਤ ਖਾਲੇ ਦੀਆਂ ਅੱਖਾਂ ਥਾਣੇ ਲੰਘ ਗਈ। ਭਾਵੇਂ ਨੂਰੀ ਤੇ ਖਾਲੇ ਦੀ ਬੇਗਮ ਆਰਾਮ ਨਾਲ ਸੌਂ ਗਈਆਂ ਸਨ। ਖਾਲੇ ਸਾਰੀ ਰਾਤ ਇਹ ਹਿਸਾਬ ਲਾਉਂਦਾ ਰਿਹਾ ਸੀ ਕਿ ਕੱਡੇ ਵੱਡੇ ਸਾਈਜ਼ ਦਾ ਕਲ ਇਹ ਸ਼ੁਰੂ ਕਰੇ ਜਿਸ ਨਾਲ ਉਹਨੂੰ 30000 ਰੁਪਏ ਦੀ ਬੱਚਤ ਤਾਂ ਹੋਵੇ ਨਾਲ ਘਰ ਦਾ 10-11 ਮਹੀਨਿਆਂ ਦਾ ਖਰਚ ਵੀ ਟੁਰਦਾ ਰਹੇ। ਜਦੋਂ ਸਵੇਰੇ 4 ਵਜੇ ਉਹਦੀ ਅੱਖ ਲੱਗੀ ਤਤ ਹੀ ਕੋਨੇ ਸਾਰਾ ਹਿਸਾਬ ਲਗਾ ਕੇ ਕਲੀਨ ਦਾ ਡਿਜ਼ਾਈਨ ਵੀ ਮਨ ਚ ਸੋਚ ਲਿਆ ਸੀ ਉਹ ਸਵੇਰੇ ਸ਼ਾਹੂਕਾਰ ਕੋਲੋਂ ਮਾਲ ਲਿਆ ਕੇ ਛੇਤੀ ਕੰਮ ਸ਼ੁਰੂ ਕਰ ਦੇਣਾ ਚਾਹੁੰਦਾ ਸੀ ਭਾਵੇਂ ਉਹ ਸਾਰੀ ਰਾਤ ਜਾਗਦਾ ਰਿਹਾ ਸੀ ਤਾਂ ਵੀ ਉਹ ਸਵੇਰੇ ਸਿੱਧਿਆਂ ਹੀ ਉੱਠ ਖਲੋਤਾ ਰੋਜ਼ ਵਾਂਗ ਨਾਤਾ ਸਵੇਰ ਦੀ ਨਮਾਜ਼ ਅਦਾ ਕੀਤੀ ਚਾਹਦਾ ਕਾਪੀ ਤਾਂ 10 ਵਜਣ ਦਾ ਇੰਤਜ਼ਾਰ ਕਰਨ ਲੱਗਾ ਦੁਕਾਨ ਖੁੱਲਦਿਆਂ ਬਾਜ਼ਾਰ ਨੂੰ ਟੁਰ ਪਿਆ ਦੋ ਦਿਨਾਂ ਚ ਹੀ ਉਹਨੇ ਕਲੈਂ ਦਾ ਸਾਰਾ ਤਾਣਾ ਤਿਆਰ ਕਰ ਲਿਆ ਸੀ ਐਡਾ ਵੱਡਾ ਕਲੈਂ ਤਾਂ ਇਹ ਤੋਂ ਪਹਿਲਾਂ ਉਹਨਾਂ ਕਦੀ ਵੀ ਨਹੀਂ ਸੀ ਬੁਣਿਆ ਭਾਵੇਂ ਇੱਕ ਵਾਰੀ ਨੂਰੀ ਦੇ ਮਨ ਚ ਆਇਆ ਵੀ ਅੱਬਾ ਨੂੰ ਪੁੱਛੇ ਕਿ ਕੀ 10 ਮਹੀਨਿਆਂ ਚੋ ਐਡਾ ਵੱਡਾ ਕਲੈਂ ਤਿਆਰ ਕਰ ਲੈਣਗੇ ਪਰ ਉਹਨੇ ਅਜੇ ਆ ਨਹੀਂ ਕੀਤਾ ਕਲੀਆਂ ਬੁਣਨਾ ਸ਼ੁਰੂ ਕੀਤਾ ਗਿਆ ਖਾਲਿਦ ਰੇਸ਼ਮਾਨ ਨੂਰੀ ਬਾਨੋ ਸਾਰੇ ਸਵੇਰੇ ਦੀਵਾ ਬਾਲ ਕੇ ਕੰਮ ਤੇ ਬਹਿ ਜਾਂਦੇ ਛੋਟੀਆਂ-ਛੋਟੀਆਂ ਗੰਡਾ ਮਾਰ ਕੇ ਨਵੇਂ-ਨਵੇਂ ਡਿਜ਼ਾਈਨ ਪਾਉਣ ਲੱਗਦੇ ਪਤਾ ਹੀ ਨਾ ਲੱਗਦਾ ਕਦੋਂ ਦਿਨ ਚੜ੍ਹਦਾ ਪਤਾ ਨਾ ਲੱਗਦਾ ਕਦੋਂ ਦੁਪਹਿਰ ਹੁੰਦੀ ਫਿਰ ਕਦੋਂ ਸ਼ਾਮ ਢਲਦੀ ਫਿਰ ਕਦੋਂ ਰਾਤ ਆਉਂਦੀ ਸਾਰਾ ਦਿਨ ਉਂਗਲਾਂ ਛੋਟੀਆਂ-ਛੋਟੀਆਂ ਗੰਡਾ ਮਾਰਦੀਆਂ ਰਹਿੰਦੀਆਂ ਉਹਨਾਂ ਦਿਨਾਂ ਵਿੱਚ ਤਿੰਨਾਂ ਵਿੱਚੋਂ ਕੋਈ ਵੀ ਘਰ ਦਾ ਕੰਮ ਕਰਨ ਲੱਗ ਜਾਂਦਾ ਪਰ ਖਾਲਿਦ ਨਾ ਉੱਠਦਾ ਕਦੋਂ ਰੋਟੀ ਪੱਕਦੀ ਕਦੋਂ ਖਾ ਲੈਂਦੇ ਉਹਨੂੰ ਪਤਾ ਹੀ ਨਾ ਲੱਗਦਾ ਫਿਰ ਰਾਤ ਗਈ ਤੀਕ ਉਹ ਸਾਰੇ ਮਿਲ ਕੇ ਦੀਵੇ ਦੀ ਰੋਸ਼ਨੀ ਚ ਕੰਮ ਕਰਦੇ ਰਹਿੰਦੇ ਥੱਕ ਜਾਣ ਤੇ ਵੀ ਕੋਈ ਇੱਕ ਦੂਜੇ ਨੂੰ ਇਹ ਨਾ ਦਰਸਾਉਂਦਾ ਵੀ ਉਤੋਂ ਹੋਰ ਕੰਮ ਨਹੀਂ ਹੋਏਗਾ ਸਾਰਿਆਂ ਦੇ ਮਨਾਂ ਚ ਇੱਕੋ ਗੱਲ ਸੀ ਇੱਕੋ ਦੇਸ਼ ਸੀ ਵਕਤ ਤੇ ਉਹ ਕਲ ਹੀ ਤਿਆਰ ਹੋ ਜਾਏ ਤੇ ਨੂਰੀ ਆਪਣੇ ਸਹੁਰੇ ਘਰ ਚਲੀ ਜਾਏ ਪੈਸੇ ਬਚਾਉਣ ਲਈ 1 ਕਿਲੋ ਦੀ ਥਾਂ ਅੱਧਾ ਕਿਲੋ ਦੁੱਧ ਕਰ ਦਿੱਤਾ ਗਿਆ ਖਾਲਿਦ ਜਿਹੜਾ ਕੰਮ ਕਰਦਾ ਹੋਇਆ ਦਿਨ 'ਚ ਚਾਰ ਵਾਰੀ ਚਾਹ ਪੀਂਦਾ ਸੀ ਉਹਨੇ ਇੱਕ ਵਾਰੀ ਚਾਹ ਲੈਣੀ ਸ਼ੁਰੂ ਕਰ ਦਿੱਤੀ ਅੱਗੇ ਉਹਨਾਂ ਦੇ ਘਰ 'ਚ ਮਹੀਨੇ 'ਚ ਤਿੰਨ ਵਾਰੀ ਗੋਸ਼ਤ ਪਕਦਾ ਸੀ ਪਰ ਹੁਣ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਗੋਸ਼ਤ ਦਾ ਸੁਆਦ ਵੀ ਨਹੀਂ ਸੀ ਚੱਖਿਆ ਕੋਈ ਵੀ ਨਵੀਂ ਚੀਜ਼ ਘਰ 'ਚ ਨਹੀਂ ਸੀ ਲਿਆਂਦੀ ਗਈ ਕੀ ਖਾਲਿਦ ਕੀ ਰੇਸ਼ਮਾ ਕੀ ਨੂਰੀ ਜਾਂ ਬਾਨੋ ਹਰ ਪਾਸੇ ਤੋਂ ਪੈਸਾ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਕਿ ਉਹਨਾਂ ਰਾਈ ਬਚਿਆ ਪੈਸਾ ਨਿਕਾਹ ਵੇਲੇ ਕੰਮ ਆ ਸਕੇ ਜਿਹੜਾ ਉਹਨਾਂ ਨੂੰ ਕਲীনਪੂਰਾ ਹੋਣ ਤੇ ਮਿਲਣਾ ਸੀ ਫੇਰੀ ਦਾ ਗਈ ਅੱਗੇ ਜਿੰਨੀਆਂ ਵੀ ਇਦਾਂ ਲੰਗੀਆਂ ਸੀ ਭਾਵੇਂ ਕਿੰਨੀ ਵੀ ਤੰਗੀ ਦੇ ਦਿਨ ਆਏ ਖਾਲਿਦ ਆਪਣੇ ਤੇ ਆਪਣੇ ਤੇ ਘਰ ਦੇ ਦੂਜੇ ਜੀਆਂ ਲਈ ਹਮੇਸ਼ਾ ਨਵੇਂ ਕੱਪੜੇ ਸਿਲਵਾਇਆ ਕਰਦਾ ਸੀ ਖਰਚ ਕੁਰਬਾਨੀ ਦਿੱਤੀ ਜਾਂਦੀ ਸੀ ਪਰ ਇਹ ਇਹ ਵਾਰੀ ਉਹਨਾਂ ਦੋ ਦਿਨ ਪਹਿਲਾਂ ਆਪਣੇ ਪੁਰਾਣੇ ਕੱਪੜੇ ਧੋ ਕੇ ਇਦਲੀ ਤਿਆਰ ਕਰ ਲਏ ਖਾਲਿਦ ਵੱਡੀ ਮਸਜਿਦ ਚ ਨਮਾਜ਼ ਪੜਨ ਗਿਆ ਉਨੇ ਬਹੁਤ ਮਨ ਨਾਲ ਨਮਾਜ਼ ਅਦਾ ਕੀਤੀ ਅੱਲਾਹ ਅਗੇ ਦਿਲੋਂ ਦੁਆ ਕੀਤੀ हे ਅੱਲਾ ਤੂੰ ਮੇਰੀ ਨੂਰੀ ਦਾ ਕਾਰਜ ਸਿਰੇ ਚਾੜ ਦੇ ਤਾਂ ਕਿ ਉਹ ਆਪਣੇ ਘਰ ਚਲੀ ਜਾਏ ਰੁਸਤਮ ਦੇ ਪਿਓ ਹਫੀਜ਼ মিয়া ਵੱਲੋਂ ਦਿੱਤੇ ਦਿਨਾਂ ਦੀ ਗਿਣਤੀ ਘਟਦੀ ਜਾ ਰਹੀ ਸੀ ਉਹਦੀ ਸ਼ਰਤ ਅਨੁਸਾਰ ਜੇ ਵਕਤ ਤੇ ਨਿਕਾਹ ਵਾਲੀ ਰਕਮ ਦੇ 30000 ਉਹਨੂੰ ਨਹੀਂ ਦਿੱਤੇ ਗਏ ਤਾਂ ਉਹ ਰਿਸ਼ਤਾ ਤੋੜ ਲਏਗਾ ਹੁਣ ਤਾਂ ਸਾਰੀ ਸਾਰੀ ਰਾਤ ਨਾ ਖਾਲਿਦ ਸੌਂਦਾ ਨਾ ਨੂਰੀ ਸੌਂਦੀ ਉਹ ਜਾਣਦੇ ਸੀ ਨਿਕਾਹ 'ਚ ਕੇਵਲ 1 ਮਹੀਨਾ ਬਾਕੀ ਤੇ ਕਲ ਇਹਨ ਪੂਰਾ ਹੋਣ ਲਈ ਅਜੇ ਵੀ 3 ਮਹੀਨੇ ਮੰਗਦਾ ਸੀ ਤਾਂ ਵੀ ਉਹ ਨੂੰ 1 ਮਹੀਨੇ ਚ ਪੂਰਾ ਕਰ ਦੇਣਾ ਚਾਹੁੰਦੀ ਸੀ ਵਕਤ ਹੱਥਾਂ ਚ ਮੁੱਠੇ ਚ ਭਰੀ ਰੇਤ ਵਾਂਗ irdਾ ਵੇਖ ਇੱਕ ਦਿਨ ਰੇਸ਼ਮਾ ਨੇ ਪਤੀ ਨੂੰ ਸਲਾਹ ਦਿੱਤੀ ਵੀ ਸ਼ਾਹੂਕਾਰ ਕੋਲੋਂ ਵਿਆਹ ਲਈਓ ਐਡਵਾਂਸ ਪੈਸੇ ਮੰਗ ਲੈ ਪਰ ਜਦੋਂ ਖਾਲਿਦ ਸ਼ਾਹੂਕਾਰ ਕੋਲ ਗਿਆ ਤਾਂ ਉਹਨੇ ਇਹ ਆਖ ਮਨਾ ਕਰ ਦਿੱਤਾ ਕਿ ਸਾਡੇ ਕਾਰੋਬਾਰ ਚ ਇਸ ਤਰ੍ਹਾਂ ਕਰਨਾ ਨਹੀਂ ਲਿਖਿਆ ਨਿਕਾਹ ਚ ਕੁੱਲ 10 ਦਿਨ ਬਾਕੀ ਸੀ ਖਾਲਿਦ ਰੇਸ਼ਮਾਨ ਨੂਰੀ ਤੇ ਉਹਦੀ ਛੋਟੀ ਭੈਣ ਨੂੰ ਸਾਫ ਦਿਸਣ ਲੱਗਾ ਸੀ ਵੀ ਕਾਲੀਨ ਪੂਰਾ ਹੋਣ ਲਈ ਅਜੇ ਵੀ ਮਹੀਨੇ ਤੋਂ ਵੱਧ ਵਕਤ ਲੱਗ ਜਾਏਗਾ। ਅਖੀਰ ਇੱਕ ਦਿਨ ਰੇਸ਼ਮਾ ਨੇ ਪਤੀ ਨੂੰ ਮੁੰਡੇ ਵਾਲਿਆਂ ਕੋਲੋਂ ਹੋਰ 2 ਮਹੀਨੇ ਦਾ ਵਕਤ ਮੰਗ ਲਿਆਉਣ ਲਈ ਆਖਿਆ। ਸਾਡੀ ਨੂਰੀ ਇੰਨੀ ਸੋਹਣੀ ਹੈ ਉਹ ਮਨਾ ਨਹੀਂ ਕਰਨਗੇ। ਇਹ ਤੁਰਨ ਲੱਗੇ ਖਾਲਿਦ ਨੂੰ ਰੇਸ਼ਮਾ ਨੇ ਕਿਹਾ ਸੀ। ਸੂਰਜ ਚੜ੍ਹਨ ਤੋਂ ਪਹਿਲਾਂ ਖਾਲਿਦ ਪਿੰਡ ਵੱਲ ਪੈਦਲ ਤੁਰ ਪਿਆ। ਜਦੋਂ ਹਫੀਜ਼ ਮੀਆਂ ਦੇ ਘਰ ਪਹੁੰਚਿਆ ਦਿਨ ਛੜਾਇਆ ਸੀ। ਉਨੇ ਪਹਿਲਾਂ ਵਾਂਗ ਬਾਹਰ ਗਲੀ ਚ ਖਲੋ ਹਾਫਿਜ਼ মিয়া ਕਾ ਆਵਾਜ਼ ਲਗਾਈ ਪਹਿਲਾਂ ਵਾਂਗ ਹੀ ਟਾਟ ਦਾ ਪਰਦਾ ਹਟਿਆ ਉਸ ਪਿੱਛੋਂ ਫਿਰ ਟੁੱਟਿਆ ਭੱਜਿਆ ਬੰਦਾ ਬਾਹਰ ਨਿਕਲਿਆ ਉਹ ਹਫੀਜ਼ মিয়া ਹੀ ਸੀ ਕੀ ਪੈਸੇ ਦੇਣ ਆਇਓ ਉਹਨੇ ਇਸ ਵਾਰੀ ਦਵਾ ਸਲਾਮ ਵੀ ਨਹੀਂ ਕੀਤੀ ਸਗੋ ਖਾਲਿਦ ਪਾਸੋਂ ਸਿੱਧੇ ਪੈਸੇ ਮੰਗ ਲਏ ਪਰ ਜਦੋਂ ਖਾਲਿਦ ਨੇ ਆਪਣੀ ਮਜਬੂਰੀ ਦੱਸਦਿਆਂ 2 ਮਹੀਨੇ ਦਾ ਵਕਤ ਮੰਗਿਆ ਉਹਨੇ ਸਾਫ਼ ਇਨਕਾਰ ਕਰ ਦਿੱਤਾ ਕਿਉਂਕਿ ਇਸ 10 ਮਹੀਨੇ ਦੇ ਅਰਸੇ ਚ ਉਹਨੂੰ ਇੱਕ ਹੋਰ ਕੁੜੀ ਵਾਲੇ ਮਿਲ ਗਏ ਸੀ ਜਿਹੜੇ ਨਿਕਾਹ 40000 ਚ ਕਰਨ ਨੂੰ ਤਿਆਰ ਸੀ ਖਾਲਦ ਨੇ ਹਾਫਿਜ਼ মিয়া ਅਗੇ ਹੱਥ ਜੋੜੇ ਬਹੁਤ ਤਰਲੇ ਕੱਢੇ ਖੁਦਾ ਦਾ ਵਾਸਤਾ ਪਾਇਆ ਪਰ ਉਧਰ ਟੱਸ ਤੋਂ ਮਸ ਨਹੀਂ ਹੋਇਆ ਨਿਰਾਸ਼ ਹੋਇਆ ਖਾਲਦ ਆਪਣੇ ਘਰ ਵੱਲ ਤੁਰ ਪਿਆ ਉਹ ਪੰਡਾ ਜਿਹੜਾ ਉਹਨੇ ਨੂਰੀ ਦਾ ਰਿਸ਼ਤਾ ਹੋਣ ਤੇ ਖੁਸ਼ੀ ਚ ਭਰਿਆ ਹੱਸ ਕੇ ਤੈਅ ਕੀਤਾ ਸੀ ਹੁਣ ਜਿਵੇਂ ਕੋਹਾਂ ਦੂਰ ਦਾ ਹੋ ਗਿਆ ਸੀ ਉਹਦੇ ਪੈਰ ਜਿਵੇਂ ਮਣਮਣ ਭਾਰ ਦੇ ਹੋ ਗਏ ਉਹਨੂੰ ਪੈਰ ਚੁੱਕ ਕੇ ਡਿੰਗ ਪੁੱਟਣੀ ਬਹੁਤ ਔਖੀ ਲੱਗ ਰਹੀ ਸੀ ਉਤਾਰਨੀ ਸੀ ਰਿਆ ਸਗੋ ਜਿਵੇਂ ਹੌਲੀ-ਹੌਲੀ ਰੇਂਗਦਾ ਹੋਇਆ ਘਰ ਵੱਲ ਜਾ ਰਿਹਾ ਸੀ ਉਹਦੇ ਮਨ ਅੰਦਰ ਸਿਵਾਏ ਨੂਰੀ ਦੀ ਹੋਰ ਕੋਈ ਨਹੀਂ ਸੀ ਉਹ ਥੋੜੀ ਦੂਰ ਟੁਰਦਾ ਜਿਵੇਂ ਹੰਬ ਜਾਂਦਾ ਸਹਾਰਾ ਲੈਣ ਦੀ ਕਿਸੇ ਰੁੱਖ ਹੇਠ ਪੱਥਰ ਤੇ ਬਹਿ ਜਾਂਦਾ ਕੁਝ ਚਿਰ ਬਾਅਦ ਉਹ ਫੇਰ ਟੁਰਨ ਲੱਗਦਾ ਇਸ ਤਰ੍ਹਾਂ ਕਰਦਿਆਂ ਤਰਕਾਲਾਂ ਟਲ ਗਈਆਂ ਨੂਰੀ ਰੇਸ਼ਮਾਂ ਬਨੋ ਦੀ ਉਡੀਕ ਕਰ ਰਹੀਆਂ ਸੀ ਨੂਰੀ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਜ਼ਰੂਰ ਕੁਝ ਮਾੜਾ ਹੋ ਗਿਆ ਹੋਵੇਗਾ ਖਾਲਿਦ ਘਰ ਪਹੁੰਚਿਆ ਕੁਝ ਨਹੀਂ ਬੋਲਿਆ ਕੁਝ ਨਹੀਂ ਕਿਹਾ ਉਹ ਉਨੇ ਕਿਸੇ ਨੇ ਵੀ ਉਹਨੂੰ ਕੁਝ ਨਹੀਂ ਪੁੱਛਿਆ ਉਹਦੀ ਸ਼ਕਲ ਨਹੀਂ ਜਿਵੇਂ ਸਭ ਨੂੰ ਸਭ ਕੁਝ ਦੱਸ ਦਿੱਤਾ ਸੀ ਰੁਸਤਮ ਦੇ ਪਿਓ ਹਫੀਜ਼ মিয়া ਨੂੰ ਨਿਕਾਲੀ ਨਾ ਕੀਤਿਆਂ ਜੀ ਹਫਤਾ ਖੂ ਚਲਿਆ ਸੀ ਖਾਲਦ ਦੇ ਘਰ ਚ ਮਾਤਮ ਫਸਰਿਆ ਆਇਆ ਸੀ ਜਿਵੇਂ ਕਿਸੇ ਦੀ ਮੌਤ ਹੋ ਗਈ ਸੀ ਸਾਰੇ ਉਹਦਾ ਸੋਗ ਮਨਾ ਰਹੇ ਸਨ ਇਹਨਾਂ 7 ਦਿਨਾਂ ਚ ਕਿਸੇ ਨੇ ਠੀਕ ਤਰ੍ਹਾਂ ਨਾਲ ਰੋਟੀ ਨਹੀਂ ਸੀ ਖਾਦੀ ਕਿਸੇ ਨੇ ਵੀ ਕੋਈ ਕੰਮ ਨਹੀਂ ਸੀ ਕੀਤਾ ਜਿੰਨੀਆਂ ਗੰਢਾਂ ਕਲਿੰਚ ਪਾਈਆਂ ਹੋਈਆਂ ਸਨ ਉਹਨੀਆਂ ਹੀ ਰਹਿ ਗਈਆਂ ਸਨ ਕਿਸੇ ਨੇ ਵੀ ਕਲੀਨ ਨਹੀਂ ਸੀ ਬਣਿਆ ਹੱਥ ਤੀਕ ਨਹੀਂ ਸੀ ਲਾਇਆ ਨੂਰੀ ਨੇ ਵੀ ਹੁਣ ਕਲੀਨ ਚ ਆਪਣੇ ਅੱਬਾ ਨੂੰ ਕੋਈ ਨਵਾਂ ਡਿਜ਼ਾਈਨ ਪਾਉਣ ਦੀ ਸਲਾਹ ਨਹੀਂ ਸੀ ਦਿੱਤੀ ਕਿਉਂਕਿ ਉਹਨਾਂ ਨੂੰ ਵਧੀਆ ਕਲੀਨ ਤਿਆਰ ਕਰਨ ਦੀ ਕਾਲ ਨਹੀਂ ਸੀ ਘਰ ਚ ਇੱਕ ਨੂਰੀ ਸੀ ਜਿਹੜੀ ਇਸ ਵਾਰੀ ਵੀ ਕਿਸੇ ਦੀ ਬੇਗਮ ਬਣਨ ਨੂੰ ਰਹਿ ਗਈ ਸੀ ਧੰਨਵਾਦ ਸਮਾਪਤ